ਪੰਜਾਬ ਲੈ ਕੇ ਤੁਹਾਡਾ ਆਪਣਾ ਹੋਸਟ ਸਰਦਾਰ ਦੀਪਕ ਸਿੰਘ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਬੋਲਦਾ ਪੰਜਾਬ ਦੇਖਦੇ ਹੋਏ ਤਮਾਮ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਅਤੇ ਅਸਲਾਮ ਅਲੈਕੁਮ। ਬੋਲਦਾ ਪੰਜਾਬ ਦੀ ਟੀਮ ਅੱਜ ਇੱਕ ਵਾਰ ਫਿਰ ਸ੍ਰੀ ਨਨਕਾਣਾ ਸਾਹਿਬ ਪਹੁੰਚੀ ਹੈ, ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ 554ਵਾਂ ਪ੍ਰਕਾਸ਼ ਦਿਹਾੜਾ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸਾਡੇ ਨਾਲ ਭਾਈ ਸਾਹਿਬ ਮੌਜੂਦ ਹਨ ਜੋ ਕਿ ਦਿੱਲੀ ਤੋਂ ਆਏ ਨੇ, ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਅਸਥਾਨ ਨੂੰ ਦਰਸ਼ਨਾਂ ਵਾਸਤੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਦਾ ਸ਼ੁਭ ਨਾਮ ਜੀ? ਹਰਭਜਨ ਸਿੰਘ ਜੀ। ਕਿਹੜੀ ਜਗ੍ਹਾ ਤੋਂ ਆਏ ਭਾਈ ਸਾਹਿਬ? ਮੈਂ ਨਵੀਂ ਦਿੱਲੀ ਤੋਂ ਆਇਆ ਜੀ। ਕਿਵੇਂ ਮਨ ਕਰ ਗਿਆ ਆਉਣ ਦਾ? ਬਸ ਦਾਤਾ ਜੀ ਆਪਣੀ ਅੱਖੀ 'ਚ ਪੈਂਦੀ ਹੈ ਜੀ, ਅਸੀਂ ਤਾਂ ਕੁਛ ਨਹੀਂ ਕਰ ਸਕਦੇ। ਉਹਨੇ ਖਿੱਚ ਕੀਤੀ, ਆਪਣੇ ਆਪ ਨੂੰ ਬੁਲਾਇਆ, ਸਾਡੇ ਨੂੰ ਸਾਨੂੰ ਬੁਲਾਇਆ ਆਪਣੇ ਕੋਲ, ਅਸੀਂ ਆ ਗਏ। ਪਹਿਲੀ ਦਫਾ ਆਏ ਹੋ? ਹਾਂਜੀ, ਪਹਿਲੀ ਵਾਰ ਆਏ ਜੀ। ਤੇ ਸੁੱਖ ਨਾਲ ਇੰਨੀ ਉਮਰ ਹੋ ਗਈ, ਤੇ ਇਸ ਤੋਂ ਪਹਿਲੇ ਕਿਉਂ ਨਹੀਂ ਮਨ ਨਹੀਂ ਕੀਤਾ? ਜਾਂ ਪਹਿਲਾਂ ਮੈਨੂੰ ਕਾਫੀ ਸਮੇਂ ਤੋਂ, ਮਤਲਬ ਜਿਸ ਤਰ੍ਹਾਂ ਕਹਿੰਦੇ ਨਾ ਕਿ ਮਤਲਬ ਪਤਾ ਹੀ ਨਹੀਂ ਸੀ, ਮਤਲਬ ਵੀ ਹਾਂ ਵੀ ਮਤਲਬ ਵੀ ਇਹ ਕੋਰੀਡੋਰ ਖੁੱਲਿਆ ਹੋਇਆ ਹੈ ਔਰ ਇਸ ਤਰ੍ਹਾਂ ਜਾਣਾ ਹੈ। ਤੇ ਪਾਸਪੋਰਟ ਫਿਰ ਮੈਂ ਪਾਸਪੋਰਟ ਨਹੀਂ ਸੀ ਮੇਰੇ ਨਾਂ ਹੋਣ ਕਰਕੇ ਮੈਂ ਪਾਸਪੋਰਟ ਅਪਲਾਈ ਕੀਤਾ, ਬਣਿਆ ਤੇ ਮੈਂ ਇੱਕ ਵਾਰ ਅਪਲਾਈ ਕਰਤਾ। ਮੈਂ ਕਿਹਾ ਚਲੋ ਜੀ ਦੇਖਦੇ ਹਾਂ ਦਾਤਾ ਜੀ ਕੀ ਮਰਜ਼ੀ ਹੁੰਦੀ ਹੈ। ਇਕੱਲੇ ਆਏ ਜੇ? ਹਾਂਜੀ, ਆਪਣੀ ਫੈਮਿਲੀ 'ਚੋਂ ਇਕੱਲਾ ਆਇਆ, ਬਾਕੀ ਸਾਡੇ ਨਾਲ ਗਰੁੱਪ ਆਇਆ ਹੋਇਆ। ਤੇ ਪਰਿਵਾਰ 'ਚ ਹੋਰ ਨਹੀਂ ਕਿਸੇ ਨੂੰ ਲੈ ਕੇ ਆਏ? ਸਾਰੇ ਬੱਚਿਆਂ ਨੂੰ ਮੈਂ ਕਿਹਾ ਸੀ, ਮੈਂ ਕਿਹਾ ਪਾਸਪੋਰਟ ਬਣਾ ਲਓ, ਮੈਂ ਵੀ ਆਪਣਾ ਤਿਆਰੀ ਕੀਤੀ ਹੋਈ ਹੈ, ਪਾਸਪੋਰਟ ਬਣ ਗਿਆ ਮੇਰਾ, ਤੁਸੀਂ ਇਸ ਪਾਸਪੋਰਟ ਦੇ ਅਪਲਾਈ ਨਾਲ ਸਾਰੇ ਅਪਲਾਈ ਕਰੋ ਤੇ ਤਾਂ ਕਿ ਸਭ ਤੋਂ ਬਣ ਜਾਏ, ਇੱਕ ਵਾਰ ਦਰਸ਼ਨ ਕਰਾਈਏ। ਬਸ ਬੱਚੇ ਪੜ੍ਹਾਈ ਦੇ ਚੱਕਰ 'ਚ ਨਹੀਂ ਆ ਪਾ ਰਹੇ, ਤੇ ਫਿਰ ਮਿਸਿਜ ਉਹਨਾਂ ਦੇ ਚੱਕਰ 'ਚ ਨਹੀਂ ਆ ਪਾਈ ਕਿ ਨਹੀਂ ਪੜ੍ਹਾਈ ਸੀ ਜਾਂ ਉਹ ਜਿਹੜੀ ਗੱਲ ਉੱਥੇ ਟੋਰੀ ਜਾਂਦੀ ਹੈ ਕਿ ਪਾਕਿਸਤਾਨ ਚਲੇ ਗਏ ਤੇ ਬਾਹਰ ਨਹੀਂ ਜਾ ਸਕੋਗੇ? ਨਾ, ਇਹ ਤਾਂ ਸਾਡੇ ਮਨ 'ਚ ਆਇਆ ਹੀ ਨਹੀਂ, ਇਹ ਤਾਂ ਸਾਨੂੰ ਬਹੁਤ ਬਾਅਦ ਪਤਾ ਲੱਗਾ ਵੀ ਇਸ ਤਰ੍ਹਾਂ ਹੋ ਸਕਦਾ ਹੈ, ਲੇਕਿਨ ਸਾਨੂੰ ਮਤਲਬ ਪਤਾ ਲੱਗ ਗਿਆ। ਅੱਛਾ, ਉਹ ਕੀ ਮੇਰਾ ਸਭ ਕੰਮ ਹੋ ਗਿਆ, ਪਾਸਪੋਰਟ ਅਪਲਾਈ ਵਗੈਰਾ ਸਭ ਕੁਝ ਹੋ ਗਿਆ, ਮਤਲਬ ਪਾਸਪੋਰਟ ਵਿੱਚ ਕਹਿ ਰਿਹਾ ਸੋਰੀ, ਮੇਰਾ ਵੀਜ਼ਾ ਲੱਗ ਗਿਆ। ਉਹਦੇ ਬਾਅਦ ਮੈਨੂੰ ਪਤਾ ਲੱਗਾ, ਫਿਰ ਮੈਂ ਕਿਹਾ ਇਹ ਛੋੜ ਯਾਰ, ਦੇਖੀ ਜਾਏਗੀ, ਜੋ ਹੋ ਰਿਹਾ ਉਹ ਛੋੜ ਲੈਂਦੇ, ਜੋ ਪਹਿਲਾਂ ਹੋ ਰਿਹਾ ਉਹ ਕਰ ਲੈ, ਕਿਉਂਕਿ ਬਾਅਦ ਪਤਾ ਨਹੀਂ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਦੋਂ ਕੀਤਾ ਦਾ ਸਮਾਂ ਆਉਣਾ ਕਿ ਅਸੀਂ ਜਾ ਪਾਈਏ ਨਾ। ਅੱਛਾ, ਕੀ ਗੱਲ ਕੀ ਪਤਾ ਲੱਗੀ ਸੀ? ਗੱਲ ਇਹ ਪਤਾ ਲੱਗੀ ਸੀ ਕਿ ਕਹਿੰਦੇ ਸੀ ਕਿ ਅਗਰ ਤੁਸੀਂ ਪਾਕਿਸਤਾਨ ਦਾ ਪਹਿਲਾਂ ਵੀਜ਼ਾ ਲੱਗ ਗਿਆ ਜਾਂ ਸਟੰਪ ਲੱਗ ਗਈ, ਉਹਦੇ ਬਾਅਦ ਤੁਸੀਂ ਹੋਰ ਕੰਟਰੀ 'ਚ ਨਹੀਂ ਜਾ ਸਕਦੇ। ਮੈਂ ਕਿਹਾ ਚਲੋ ਨਾ ਜਾ ਸਕਾਂਗੇ, ਹੋਰ ਕੀ ਪਤਾ, ਤਾਂ ਇਹ ਕੀ? ਚਲੋ ਬਾਬੇ ਨਾਨਕ ਦੇ ਦਰ ਦਾ ਠੱਪਾ ਤੇ ਲੱਗ ਗਿਆ ਨਾ। ਮੈਂ ਕਿਹਾ ਮੈਂ ਇੱਥੇ ਦਰਸ਼ਨ ਕਰਾਈਏ ਜਿਹੜੇ ਜ਼ਰੂਰੀ ਹੈ। ਬਾਬੇ ਨਾਨਕ ਦੇ ਦਰ ਦਾ ਠੱਪਾ ਲੱਗ ਗਿਆ, ਉਸ ਤੋਂ ਬਾਅਦ ਕੀ ਚਾਹੀਦਾ? ਉਸ ਤੋਂ ਬਾਅਦ ਕੀ ਚਾਹੀਦਾ? ਕੁਛ ਨਹੀਂ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਹੁਣ ਕੋਈ ਦਿੱਕਤ ਨਹੀਂ, ਪਰੇਸ਼ਾਨੀ ਨਹੀਂ ਹੈ। ਔਰ ਇੱਥੇ ਆ ਕੇ ਜੋ ਮਜ਼ਾ, ਜੋ ਮਤਲਬ ਸਾਨੂੰ ਸਹੂਲਤ ਹਰ ਚੀਜ਼ ਮਿਲੀ ਹੈ ਨਾ, ਉਹ ਸ਼ਾਇਦ ਮੈਨੂੰ ਲੱਗਦਾ ਕਿ ਆਪਣੇ ਦਰਬਾਰ ਸਾਹਿਬ ਜਾਂ ਕਿਤੇ ਹੋਰ ਵੀ ਨਹੀਂ ਜਾ ਕੇ ਮਿਲਦੀ। ਬਹੁਤ ਮਜ਼ਾ, ਕੋਈ ਦਿੱਕਤ ਤਾਂ ਨਹੀਂ ਆਈ? ਨਹੀਂ, ਦਿੱਕਤ ਕੋਈ ਨਹੀਂ ਆਈ ਜੀ, ਕੋਈ ਦਿੱਕਤ ਨਹੀਂ ਆਈ। ਬਾਕੀ ਇੱਥੇ ਤਾਂ ਨਜ਼ਾਰੇ ਆਏ ਹੋਏ ਨੇ, ਬਸ ਫਿਰ ਤਾਂ ਅਸੀਂ ਸਭ ਪਿਛਲੀਆਂ ਗੱਲਾਂ ਭੁੱਲ ਗਏ, ਭੁੱਲ ਗਈਆਂ ਫਿਰ ਪਿਛਲੀਆਂ, ਫਿਰ ਸਾਨੂੰ ਕੋਈ ਚਿੰਤਾ ਨਹੀਂ। ਹੁਣ ਪਰਿਵਾਰ ਨੂੰ ਲੈ ਕੇ ਆਓਗੇ? ਬਿਲਕੁਲ ਜੀ, ਜ਼ਰੂਰ। ਮੈਂ ਤਾਂ ਹੁਣੇ, ਮੈਂ ਹੌਟਸਪੋਟ ਚਾਹੀਦਾ ਮੈਨੂੰ ਕਿਸੇ ਕੋਲ, ਮੈਂ ਦੇਖ ਰਿਹਾ ਕੋਈ ਮਤਲਬ ਵੈਸੇ ਹੀ ਜਾਣ ਪਛਾਣ ਦਾ ਬੱਚਾ ਕੋਈ ਸੇਵਾ ਕਰ ਰਿਹਾ ਹੋਏ ਤਾਂ ਕਹੇਗਾ ਚਲੋ ਅੰਕਲ ਜੀ ਲਓ ਕਰ ਲਓ ਗੱਲ, ਮੈਂ ਕਰਾਂਗਾ ਗੱਲ, ਉਹਨੂੰ ਵੀਡੀਓ ਕਾਲ ਕਰਕੇ ਗੱਲ ਕਰਾਵਾਂਗਾ। ਮੇਰੇ ਬੱਚਿਆਂ ਨੇ ਖੁਦ ਖੁਆਇਸ਼ ਕੀਤੀ ਹੈ, ਸਵੇਰੇ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਨਹੀਂ ਹੋ ਪਾਈ, ਹੁਣ ਫਿਰ ਦੇਖਦਾ ਅਗਰ ਮੈਨੂੰ ਮਿਲ ਗਿਆ ਤਾਂ ਮੈਂ ਜ਼ਰੂਰ ਕਰਾਂਗਾ ਅਤੇ ਉਹਨਾਂ ਨੂੰ ਦਿਖਾਵਾਂਗਾ। ਫਿਰ ਉਹਨਾਂ ਦੇ ਦਰਸ਼ਨ ਅੰਦਰੋਂ ਤਾਂ ਅਭਿਲਾਸ਼ਾ ਹੋ ਗਈ ਹੈ ਉਹਨਾਂ ਦੀ ਕਿ ਬਈ ਪਾਪਾ ਜੀ ਚਲੇ ਗਏ ਨੇ, ਮਿਸਿਜ ਕਹਿ ਰਹੀ ਹੈ ਮਤਲਬ ਤੁਸੀਂ ਚਲੇ ਗਏ, ਚਲੋ ਤੁਸੀਂ ਤਾਂ ਕਰਾਏ ਦਰਸ਼ਨ, ਅਸੀਂ ਬਾਅਦ 'ਚ ਦੇਖ ਲਾਂਗੇ। ਮੈਂ ਕਿਹਾ ਨਹੀਂ, ਹੁਣ ਮਤਲਬ ਤੁਸੀਂ ਆ ਜਾਓ ਜਦ ਮਰਜ਼ੀ, ਵੀਜ਼ਾ ਫਟਾਫਟ ਮਿਲ ਜਾਏਗਾ, ਕੋਈ ਦਿੱਕਤ ਨਹੀਂ ਹੈ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਆਪ ਜੀ ਦਾ, ਬਹੁਤ ਧੰਨਵਾਦ ਜੀ। ਭਾਈ ਸਾਹਿਬ ਕੀ ਹਾਲ ਹੈ? ਠੀਕ ਹੈ। ਕੀ ਨਾਮ ਹੈ? ਗੁਰਜੀਤ ਸਿੰਘ। ਕਹਾਂ ਸੇ ਆਏ? ਮਲੇਸ਼ੀਆ ਤੋਂ। ਉਹ ਆ ਜੀ, ਵਾਹ ਕੀ ਬਾਤ ਹੈ, ਤੇ ਪਹਿਲੀ ਵਾਰ ਆਏ ਜੇ? ਪਹਿਲੀ ਵਾਰ ਹੀ ਆਇਆ। ਤੇ ਕਿਹਦਾ ਲੱਗਾ ਆ ਕੇ? ਬਹੁਤ ਅੱਛਾ ਲੱਗਾ, ਬਹੁਤ ਸੋਹਣਾ ਗੁਰੂ ਨਾਨਕ ਦੀ ਧਰਤੀ। ਪਿੱਛੋਂ ਕਿੱਥੋਂ ਦੇ ਜੇ? ਪਿੱਛੋਂ ਸਾਡਾ ਪਿੰਡ ਕਿਹੜਾ ਤੁਹਾਡਾ? ਪਿੰਡ ਹੈਗਾ ਮਾਨਸਾ। ਅੱਛਾ, ਇੰਡੀਆ ਤੋਂ? ਇੰਡੀਆ ਤੋਂ। ਇਕੱਲੇ ਆਏ ਜੇ ਪਰਿਵਾਰ 'ਚੋਂ? ਇਕੱਲੇ ਆਇਆ। ਤੇ ਪਰਿਵਾਰ ਨੂੰ ਲੈ ਕੇ ਆਏ? ਉਹ ਕਹਿੰਦੇ ਅਸੀਂ ਵੇਖਾਂਗੇ ਦੂਸਰੀ ਵਾਰ, ਅਗਲੇ ਸਾਲ। ਤੇ ਕੀ ਮੈਸੇਜ ਦਿਓਗੇ ਦੇਖਣ ਵਾਲੇ ਦਰਸ਼ਕਾਂ ਨੂੰ? ਅਸੀਂ ਬੇਨਤੀ ਕਰਦੇ ਹਾਂ, ਤੁਸੀਂ ਜਿਹੜੇ ਵੇਖਦੇ ਆ, ਬੇਨਤੀ ਹੈ ਤੁਸੀਂ ਕਿਰਪਾ ਕਰਕੇ ਇੱਕ ਵਾਰੀ ਜ਼ਰੂਰ ਆਇਓ ਗੁਰੂ ਨਾਨਕ ਦੀ ਧਰਤੀ 'ਚੋਂ ਵੇਖੋ। ਅਗਲਾ ਤਾਂ ਕਹਿੰਦਾ ਇੱਥੇ ਕੁਝ ਕੀ ਆਹ ਕੁਛ ਹੁੰਦਾ, ਕੁਛ ਨਹੀਂ ਹੁੰਦਾ, ਸਭ ਕੁਛ ਸੇਫ ਆ ਇੱਥੇ। ਕੀ ਕਹਿੰਦੇ ਸੀ ਕੀ ਹੁੰਦਾ? ਕਹਿੰਦੇ ਪਾਕਿਸਤਾਨ 'ਚ ਐਵੇਂ ਆਈਆਂ ਫਲਾਣਾ, ਡਰਾਉਂਦੇ ਆ ਕਿਸੇ ਨੂੰ। ਇੱਥੇ ਤੁਹਾਨੂੰ ਵੀ ਡਰਾਇਆ ਸੀ ਕਿਸੇ ਨੇ? ਬਹੁਤ ਕੁਛ ਕਿੰਨਾ ਲੋਕਾਂ ਨੇ ਤਾਂ ਬਹੁਤ ਡਰਾਇਆ। ਮੈਂ ਕਿਹਾ ਚੱਲ ਬਾਬੇ ਨਾਨਕ ਦੇ ਘਰ ਚੱਲੇ ਆ, ਕੋਈ ਡਰ ਨਹੀਂ। ਤੇ ਫਿਰ ਇੱਥੇ ਆ ਕੇ ਜਿਹੜੇ ਲੋਕਾਂ ਨੇ ਡਰਾਇਆ ਸੀ ਉਹਨਾਂ ਨੂੰ ਕੀ ਮੈਸੇਜ ਦਿਓਗੇ? ਮੈਂ ਕਹਿਣਾ ਚਾਹੁੰਦਾ ਤੂੰ ਤੁਸੀਂ ਇੱਕ ਵਾਰੀ ਇੱਕ ਆਣ ਕੇ ਵੇਖੋ, ਫਿਰ ਪਤਾ ਲੱਗੂਗਾ ਕਿ ਡਰਨਾ ਕਿ ਬਾਰ ਬਾਰ ਆਉਣਾ। ਬਾਰ ਬਾਰ ਆਉਣਾ। ਚਲੋ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਆਪ ਜੀ ਦਾ ਜੀ। ਸਤਿ ਸੰਗਤ ਜੀ, ਜਿਵੇਂ ਕਿ ਤੁਸੀਂ ਜਾਣਦੇ ਹੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 554ਵਾਂ ਪ੍ਰਕਾਸ਼ ਦਿਹਾੜਾ ਜਿਵੇਂ ਕਿ ਪੂਰੀ ਦੁਨੀਆ ਦੇ ਵਿੱਚ ਬਹੁਤ ਸ਼ਰਧਾ ਭਾਵਨਾ ਧੂਮਧਾਮ ਨਾਲ ਮਨਾਇਆ ਜਾ ਰਿਹਾ, ਉਸ
सिर्फ पाकिस्तान दे विच वसण वाला गुरु नानक नाम लेवा या सिख संगतां तों हट के भी पूरी दुनिया तों जिथे भी सिख संगतां अते गुरु नानक नाम लेवा संगतां रहिंदियां ने उन्हां दी कोशिश हुंदी है कि असीं प्रकाश दिहाड़ा उत्थे जा के मनाइए जिथे गुरु नानक देव जी महाराज ने जन्म लिया है। सो साडे नाल इक फैमिली मौजूद है जो कि आस्ट्रेलिया तों विचेचे तौर ते प्रकाश दिहाड़ा मनाउण वास्ते पाकिस्तान की पवित्र धरती तों पहुंचे ने। आओ उन्हां नाल गलबात करदे हां। सब तो पहला तो बोलदा पंजाब वालों आप जी नूं पाकिस्तान आने ते जी आया नूं आखदे हां जी वाहिगुरु जी का खालसा वाहिगुरु जी की फतेह। भाई साहब जी आप जी का शुभ नाम? सरदार निर्मल सिंह। ते कदों आए पाकिस्तान जी? पाकिस्तान असीं पहुंचे 18 तरीक नूं। पहली बारी आए हो? पहली बारी। ते की विचार सांझे करो, कैसा लगा पाकिस्तान आके? पाकिस्तान विचार सब तो उत्तम विचार तो यही है कि बड़ी देर की एक ख्वाहिश सी कि इस पवन धरती ते इन्हें जिथे गुरु नानक पातशाह जगत पिता जगत गुरु का जन्मदिन होया भी मौका मिले उत्थे जाके नतमस्तक होया जाए। सो वो जिहड़ा साडा सपना सी सच होया ते वो इस तो वड्डी कोई खुशी नहीं है ना भी पाकिस्तान जदों आके वेख्या है भी होर भी छोटे छोटे गुरु घर बने हुए ने जिथे गुरु साहब गए ने जां साडी पंजवीं पातशाही छेवीं पातशाही गए ने ते गुरु साहब जिथे जिहदे नाल ने बचपन अपना खेडे ने बचपन दे विच पांधे नूं पढ़ाया है है ना वो सारियां जगह वेख के मतलब के रूह जड़ी है एक समझ लो भी रूहानियत मिली है सानू इतों रूह गद गद हो गई है तो बहुत वधिया लग्या इस गलों मैं गल की पाकिस्तान की ये तो सी साडा उत्तम जो पाकिस्तान मेन आने का मकसद भी सी है ना। दूसरा यह भी सानू कोई इस तरह की दिक्कत नहीं आई। पहला लगता सी भी उत्थे पता नहीं माहौल किस तरह का होगा जिवें दोनों देशों के आन तो पहला कोई फैमिली या फ्रेंड्स किसी ने क्या होवे पाकिस्तान सेफ नहीं है? अक्सर दुनिया तो है ही है थोड़ा बहुत पाकिस्तान के बारे के मेरा साडा कल्या का नहीं मेरा ख्याल है भी आम जनरल कम्यूनिटी बाई एंड लार्ज जोड़ा गोरे भी ने मेरा ख्याल है भी वो थोड़ा इतने आने उन्ना सेफ या महफूज नहीं समझते है ना। ये होंगी सुन की गल ही पर इतने आके जा कह लो भी साडा पंजाबी होने के नाते सानू प्यार मिलया पंजाबियों ने पंजाबियों मतलब भी बड़े जिथे भी गए हैं तो वो ग्रुप जोड़ा होने इन्हों के अपने प्रोटोकॉल होंगे ने कि साडे आसे पासे सिक्योरिटी हैगी सी विच इज़ वन ऑफ द गुड थिंग्स कि जिहड़ा साडा मन का कोई फीयर है तो वो दिमाग दे विच रहा ही नहीं। दूजा जिथे भी असी विच रहे हैं कम्यूनिटी इन जनरल पंजाबियों ने बड़ा मतलब कि दिलों हार्दिक जी आया आख्या बड़े वधिया तरीके दे नाल उन्हां ने अपनी जिहड़ी सी एक मेहमानियत शो की है। उन्होंने जिथे भी गए हैं किधर शॉप च गए हैं उधर गए हैं खासकर उदों लगता जब आप जनरल कम्यूनिटी बच्चे कुड़ियां मुंडे है ना छोटे छोटे उन्होंने मावं बच्चों के नाल आके खड़ के देखदिया ने कि असी पंजाबी सरदार सरदार के नाल फोटो फोटो करवानी है वो बड़ा लगता सी मतलब कि यार कितनी बड़ी मतलब सानू महत्ता दी जा रही है जदों भी उन्होंने वर्गे असी आम इंसान है तो इंज लगे भी सानू इन्हां दे विच भी साडे वर्गे सारे सारे इंसान ने वो इंसानियत का जिहड़ा प्यार सारिआं दा शुक्रिया। मतलब जो आने तो पहले दी सोच सी पाकिस्तान आयो तो टोटली डिफरेंट है मेरे ख्याल वो एक जिहड़ा फीयर सी लोगों प्रति नहीं सी वो जनरल सी भी उत्थे एनवायरनमेंट किदां दा होगा लोगों बारे तो कदी नहीं आया लोगों बारे तो जदों जिहड़े पाकिस्तान तो साडे पार्टीशन वेले विछड़ के गए ने परिवार उन्हां दे विच ही विचरदे आ असीं जो उन्हां दे विचार हुंदे सी भी बड़ा कुछ होया भी इत्थे भी धरती उदां दी है ऐ ना भी साडे उत्थे बिजनेस हुंदे सी गल्लां सर इह कदी ख्याल भी उत्थे कुछ वखरा है ना पर इन्ना की सी भी जिहड़े पिछले मतलब 40 सालां दे विचों 40 जो अज अफगानिस्तान च भी देखते आ रहे हैं पिछले 30-40 साल तो भी उत्थे वो सिक्योरिटी के एंगल तो माहौल किस तरह का होगा किस तरह का नहीं वह सी वो थोड़ा ठीक रहा। बहुत धन्यवाद जी आप जी का बहुत धन्यवाद। माता जी वाहेगुरु जी का खालसा वाहेगुरु जी की आप जी का की शुभ नाम है? मेरा नाम दलजीत कौर। यात्रा कर ली? हाँ जी बस सारी टोटल हाँ जी सारे गुरु घर दर्शन कर ले? हाँ जी काफी कर ले काफी ज्यादा हाँ जी सारे दर्शन कर ले आज तांग रसी आन दी पाकिस्तान जाइए हैं जी बाबा जी बस खिच के ही आए सानू ता ते कोई शॉपिंग भी की थी? हाँ जी शॉपिंग की थी। कैसा शॉपिंग दे लिहाज नाल बाजार बजूर कैसे ने? बाजार बहुत वधिया ने हाँ जी मीना बाजार होया लिबर्टी वाला उथे लाहौर देखिया केड़े बाजार गए असि इथे गए सीगे केड़ी लिबर्टी गए हां जी शॉपिंग कीती फिर शॉपिंग कीती बच्चियां वास्ते भी ले केदे ली की लिया? मैं अपनी डॉटर ते डॉटर इन ला लई सूट ले ते ग्रैंड डॉटर ले ग्रैंडसन ले ते काफी शॉपिंग कीती। चीजां सही मिलदी है इथे?
ਚੀਜ਼ਾਂ ਹਾਂਜੀ ਬਹੁਤ ਤੇ ਹੁਣ ਹੁਣ ਫੈਮਿਲੀ ਨੂੰ ਵੀ ਲੈ ਕੇ ਆਉਂਗੇ ਹਾਂਜੀ ਜ਼ਰੂਰ ਤੁਸੀਂ ਵੀ ਪਹਿਲੀ ਦਫਾ ਆਏ ਹੋ ਅਸੀਂ ਵੀ ਪਹਿਲੀ ਦਫਾ ਆਏ ਆ ਸਾਡਾ ਪ੍ਰੋਗਰਾਮ ਇੱਕਦਮ ਬਣ ਗਿਆ ਅਸੀਂ ਇੰਡੀਆ ਆਣਾ ਸੀਗਾ ਸਾਡੀ 7-8 ਮਹੀਨੇ ਦੀ ਟਿਕਟ ਸੀਗੀ ਤੇ ਇੱਕ ਦਿਨ ਭਾਜੀ ਦਾ ਫੋਨ ਆਇਆ ਵੀ ਜੱਥਾ ਚੱਲਿਆ ਵਾ ਪਾਕਿਸਤਾਨ ਤੁਸੀਂ ਜਾਣਾ ਅਸੀਂ ਜਦੇ ਇੱਕਦਮ ਜੈਸ ਕਰਤੀ ਆਉਣ ਤੋਂ 2-1.5 ਮਹੀਨਾ ਪਹਿਲਾਂ ਜਦੇ ਅਸੀਂ ਜਿਹੜੇ ਸਾਡਾ ਗਰੁੱਪ ਲੈ ਕੇ ਆਏ ਨੇ ਸਰਬਜੀਤ ਭਾਜੀ ਉਹਨਾਂ ਨੂੰ ਪਾਸਵਰਡ ਭੇਜਦੇ ਅਸੀਂ ਉਹਨਾਂ ਨੇ ਆਪੇ ਸਾਰਾ ਕੁਝ ਵੀ ਅਰੇਂਜਮੈਂਟ ਆਪ ਹੀ ਕੀਤਾ ਬਹੁਤ ਸੋਹਣਾ ਪ੍ਰੋਗਰਾਮ ਸੀ ਉਹਨਾਂ ਦਾ ਹਾਂਜੀ ਅਸੀਂ ਲਾਹੌਰ ਰਹਿ ਰਹੇ ਹੁਣ ਨੈਕਸਟ ਟਾਈਮ ਫਿਰ ਮਹਾਰਾਜ ਬੁਲਾਣ ਤਾਂ ਜ਼ਰੂਰ ਜ਼ਰੂਰ ਆਵਾਂਗੇ ਤੇ ਬਾਕੀਆਂ ਨੂੰ ਵੀ ਕਹਾਂਗੇ ਅਸੀਂ ਸਾਡੇ ਅੱਜ ਨੇ ਰਿਲੇਟਿਵ ਨੇ ਜਿਵੇਂ ਮੇਰੀ ਸਿਸਟਰ ਮੇਰੀ ਭਾਣ ਜੀ ਆ ਸਿਸਟਰ ਦੀ ਬੇਟੀ UK ਤੇ USA 'ਚ ਉਹਨੇ ਆਉਣਾ ਸੀ ਉਹਨੂੰ ਕਹੀਆਂ ਨੇ ਕਿ ਹਾਏ ਹਾਏ ਤੂੰ ਪਾਕਿਸਤਾਨ ਚੱਲੀ ਆ ਹਾਏ ਪਾਕਿਸਤਾਨ ਚੱਲੀ ਆ ਖਬਰਦਾਰ ਜੇ ਪਾਕਿਸਤਾਨ ਗਈ ਆ ਨਹੀਂ ਹੁਣ ਮੈਂ ਜਾ ਕੇ ਉਹਨਾਂ ਨੂੰ ਕਹੂੰਗੀ ਵੀ ਤੁਸੀਂ ਪਾਕਿਸਤਾਨ ਜਾਇਓ ਹਾਂ ਹੁਣ ਤੁਸੀਂ ਦੱਸੋ ਜ਼ਰਾ ਕੀ ਮੈਸੇਜ ਦਿਓਗੇ ਹਾਂ ਵੀ ਪਾਕਿਸਤਾਨ ਜ਼ਰੂਰ ਜਾਇਓ ਬਹੁਤ ਪਿਆਰ ਮਿਲਦਾ ਆਪਣੇ ਬਾਬਾ ਜੀ ਦੇ ਸਾਰੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਕੀਤੇ ਬਹੁਤ ਜ਼ਿਆਦਾ ਪਿਆਰ ਮਿਲਿਆ ਹਾਂਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਆਪ ਜੀ ਦਾ ਜੀ ਸਾਧ ਸੰਗਤ ਜੀ ਅਸੀਂ ਗੱਲਬਾਤ ਕੀਤੀ ਕਿ ਜਿਹੜੇ ਵੀ ਸ਼ਰਧਾਲੂ ਪਾਕਿਸਤਾਨ ਆਉਂਦੇ ਨੇ ਆ ਕੇ ਗੁਰੂ ਨਾਨਕ ਪਾਤਸ਼ਾਹ ਦੇ ਦਰ 'ਤੇ ਨਤਮਸਤਕ ਹੁੰਦੇ ਨੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਉਹਨਾਂ ਦਾ ਪਾਕਿਸਤਾਨ ਆ ਕੇ ਵਿਊਜ਼ ਕੀ ਹੁੰਦੇ ਨੇ ਉਹਨਾਂ ਨੂੰ ਪਾਕਿਸਤਾਨ ਆ ਕੇ ਕੈਸਾ ਲੱਗਦਾ ਹੈ ਪਾਕਿਸਤਾਨ ਦੀ ਜਿਹੜੀ ਕਮਿਊਨਿਟੀ ਹੈ ਖਾ ਉਹ ਕਿਸੇ ਵੀ ਮਜ਼ਹਬ ਤੋਂ ਤਾਲੁਕ ਰੱਖਦੇ ਨੇ ਉਹ ਖਾਸ ਤੌਰ 'ਤੇ ਦਸਤਾਰ ਨੂੰ ਅਤੇ ਸਿੱਖੀ ਨੂੰ ਕਿਸ ਤਰ੍ਹਾਂ ਪਿਆਰ ਦਿੰਦੇ ਨੇ ਸੋ ਮੇਰੀ ਰਿਕੁਐਸਟ ਹੈ ਕਿ ਵੱਧ ਤੋਂ ਵੱਧ ਪਾਕਿਸਤਾਨ ਆਓ ਆ ਕੇ ਗੁਰਧਾਮ ਦਰਸ਼ਨ ਕਰੋ ਅਤੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੋ ਸਿੱਖੀ ਇਤਿਹਾਸ ਦੇ ਬਾਰੇ ਜਾਣੂ ਕਰਵਾਓ ਜੀ ਭਾਈ ਸਾਹਿਬ ਹਾਂਜੀ ਭਾਈ ਸਾਹਿਬ ਸਾਡੇ ਵੱਲੋਂ ਤੁਹਾਡਾ ਸ਼ੁਕਰੀਆ ਕਰਨਾ ਬਾਕੀ ਰਹਿ ਗਿਆ ਉਹ ਕਹਿਣਾ ਕਿ ਅਸੀਂ ਇਹ ਬਾਬੇ ਦੀ ਇੰਨੀ ਕੁ ਕਿਰਪਾ ਹੈ ਕਿ ਦੋ ਸ਼ਬਦ ਵਿਚਾਰ ਵਟਾਂਦਰਾ ਕਰ ਲਈਦਾ ਪਰ ਜ਼ਰੂਰ ਆਮ ਤੌਰ 'ਤੇ ਥੋੜ੍ਹਾ ਟਲੀਦਾ ਹੀ ਹੈ ਵੀ ਇਸ ਇਸ਼ੂ ਦੇ ਪਾਸੇ ਹੀ ਰਹੋ ਪਤਾ ਨਹੀਂ ਸਾਨੂੰ ਬੈਠਿਆਂ ਵੇਖ ਕੇ ਤੁਸੀਂ ਕਿਵੇਂ ਪਕੜਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਹੈ ਬੋਲਦਾ ਪੰਜਾਬ ਦਾ ਖਾਸ ਕਰ ਤੁਸੀਂ ਸਾਡੇ ਵਿੱਚ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਬਸ ਇੱਕੋ ਹੀ ਖੁਆਇਸ਼ ਹੈ ਕਿ ਬਾਬੇ ਨੇ ਜੋ ਸੰਦੇਸ਼ ਦਿੱਤਾ ਸੀ ਸਾਰੀ ਕੁੱਲ ਦੁਨੀਆ ਨੂੰ ਇਹ ਪਿਆਰ ਮੁਹੱਬਤ ਇਸ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਕਿਸੇ ਦਿਨ ਇੱਕ ਗੁਲਾਬ ਦੇ ਫੁੱਲ ਵਾਂਗੂ ਲੋਟਸ ਦੇ ਫੁੱਲ ਵਾਂਗੂ ਖਿੜੇ ਤਾਂ ਦੁਨੀਆ ਉਹ ਦੇਖਣ ਨੂੰ ਮਿਲੇ ਅਤੇ ਇਹੀ ਸਾਡੀ ਦੁਆ ਹੈ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਅਤੇ ਪਿਆਰ ਮੁਹੱਬਤ ਰਹੇ ਜੀ ਇਸ ਦੇ ਨਾਲ ਆਪਣੇ ਹੋਸਟ ਸਰਦਾਰ ਦੀਪਕ ਸਿੰਘ ਅਤੇ ਬੋਲਦਾ ਪੰਜਾਬ ਦੀ ਟੀਮ ਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ